ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਦੇਸ਼ਾਂ ਅਤੇ ਵਿਦੇਸ਼ਾਂ 'ਚ ਵੱਸਦੇ ਸਾਰਿਆਂ ਵੀਰਾਂ ਨੂੰ ਸਭ ਤੋਂ ਪਹਿਲਾਂ ਤਾਂ 26 ਜਨਵਰੀ ਦੀ ਲੱਖ ਲੱਖ ਵਧਾਈ ਹੋਵੇ ਸਾਰਿਆਂ, ਖਾਸ ਕਰਕੇ ਫੌਜੀ ਵੀਰ, ਪੈਰਾਮਿਲਟਰੀ ਫੋਰਸ ਦੇ ਜਵਾਨ ਅਤੇ ਹੋਰ ਫੋਰਸਾਂ ਦੇ ਜਵਾਨ ਸਾਰਿਆਂ ਨੂੰ 26 ਜਨਵਰੀ 'ਤੇ ਅਸੀਂ ਇੱਕ ਰੱਬ ਅੱਗੇ ਦੁਆ ਕਰਦੇ ਹਾਂ ਕਿ ਸਾਡੇ ਸਾਰੇ ਵੀਰ ਦੇਸ਼ ਦੀ ਰੱਖਿਆ ਲਈ ਜੋ ਕੰਮ ਕਰ ਰਹੇ ਹੈ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਭਰਿਆ ਦੇਣ ਲੈ ਕੇ ਆਉਣ, ਤਾਂ ਜੋ ਜਿਹੜੇ ਸਾਡੇ ਵੀਰ ਬਾਰਡਰ 'ਤੇ ਬੈਠੇ ਹੈ ਸਾਰੇ ਦੇਸ਼ ਨੂੰ ਦੇਖ ਰਹੇ ਹੈ, ਰਾਖੀ ਕਰ ਰਹੇ ਹੈ, ਅਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਵੀ ਬਾਰਡਰ ਦਿਆਂ ਜਵਾਨਾਂ ਨੂੰ ਸੁੱਖ ਸ਼ਾਂਤੀ ਦੇ ਸੁਨੇਹੇ ਜਾਣ, ਤਾਂ ਜੋ ਜਿਹੜਾ ਉਹਨਾਂ ਦਾ ਮਨ ਵੀ ਖੁਸ਼ ਰਹੇ ਕਿ ਜੇ ਸਾਡੇ ਘਰਾਂ ਵਿੱਚ ਸੁੱਖ ਸ਼ਾਂਤੀ ਹੈ ਤਾਂ ਫਿਰ ਹੀ ਉਹ ਦੇਸ਼ ਦੀ ਰਾਖੀ ਵੀ ਕਰ ਸਕਦੇ ਹੈ, ਫਿਰ ਹੀ ਸਾਡਾ ਇਤਿਹਾਸ ਰੱਖ ਸਕਦੇ ਹੈ। ਦੂਸਰਾ, ਅਸੀਂ ਸਰਕਾਰ ਅੱਗੇ ਇੱਕ ਸੁਨੇਹਾ ਲਾਉਣਾ ਚਾਹੁੰਦੇ ਹਾਂ, ਪੰਜਾਬ ਸਰਕਾਰ ਹੋਵੇ, ਸਟੇਟ ਦੀ ਸਰਕਾਰ ਕੋਈ ਵੀ ਹੋਵੇ ਜਾਂ ਸੈਂਟਰ ਦੀ ਸਰਕਾਰ ਹੋਵੇ, ਕਿ ਜਿੱਦਾਂ ਇਹੋ ਜਿਹੇ 26 ਜਨਵਰੀ ਦੇ ਦਿਹਾੜੇ ਹੈ ਇਹਨਾਂ ਦੇ ਉੱਤੇ ਸਰਕਾਰਾਂ ਨੂੰ ਚਾਹੀਦਾ ਵੀ ਕੁਝ ਚੰਗੇ ਐਲਾਨ ਕਰਨ, ਜਿਹੜੇ ਸਾਡੇ ਪੈਰਾਮਿਲਟਰੀ ਫੋਰਸ ਦੇ ਜਵਾਨ ਜਾਂ ਆਰਮੀ ਦੇ ਜਵਾਨ ਜਿਹੜੇ ਬਾਰਡਰਾਂ ਦੇ ਉੱਤੇ ਇਹੋ ਜਿਹੀ ਬਰਫ਼ ਦੇ ਵਿੱਚ, ਸੰਘਣਿਆ ਜੰਗਲਾਂ ਵਿੱਚ, ਪਹਾੜਾਂ ਵਿੱਚ ਜਿਹੜੇ ਬੜੀ ਮੁਸ਼ਕਲ ਨਾਲ ਆਪਣੀਆਂ ਡਿਊਟੀਆਂ ਨਿਭਾ ਰਹੇ ਹੈ, ਅਤੇ ਉਹਨਾਂ ਨੂੰ ਆਪਣਾ ਕੋਈ ਘਰ ਬਾਰ ਦਾ ਮਗਰ ਫਿਕਰ ਨਹੀਂ ਹੁੰਦਾ, ਉਹਨਾਂ ਦਾ ਇੱਕੋ ਹੀ ਟਾਰਗੇਟ ਹੁੰਦਾ ਵੀ ਸਾਡੀ ਡਿਊਟੀ ਜੇ ਅਸੀਂ ਚੰਗੀ ਕਰਾਂਗੇ ਤਾਂ ਸਾਡੇ ਦੇਸ਼ ਦੇ ਲੋਕ ਚੰਗੀ ਨੀਂਦ ਸੌਂ ਸਕਣਗੇ। ਅਤੇ ਅਸੀਂ ਇੱਕ ਤਾਂ ਉਹ ਵੀਰਾਂ ਲਈ ਦੁਆ ਵੀ ਕਰਦੇ ਹਾਂ ਅਤੇ ਸਰਕਾਰਾਂ ਦਾ ਉਹਨਾਂ ਵੱਲ ਧਿਆਨ ਵੀ ਦਿਵਾਉਣਾ ਚਾਹੁੰਦੇ ਹਾਂ ਵੀ ਸਰਕਾਰਾਂ ਨੂੰ ਸਭ ਤੋਂ ਪਹਿਲਾਂ ਅਤੇ ਉਹਨਾਂ ਦੇ ਜਵਾਨਾਂ ਦਾ ਚੰਗਾ ਧਿਆਨ ਰੱਖ ਕੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਇੱਕ ਮੈਸੇਜ ਲਾਉਣਾ ਚਾਹੁੰਦੇ ਹਾਂ ਵੀ ਇਹਨਾਂ ਜਵਾਨਾਂ ਦੀ ਜਿਹੜੀ ਪੈਨਸ਼ਨ ਬੰਦ ਕੀਤੀ ਹੈ 2004 ਤੋਂ, ਆਰਮੀ ਦਾ ਜਵਾਨ ਹੋਵੇ ਜਾਂ ਪੈਰਾਮਿਲਟਰੀ ਦਾ ਹੋਵੇ ਜਾਂ ਸਟੇਟ ਗੌਰਮੈਂਟ ਦਾ, ਇਹਨਾਂ ਦਾ ਸਾਰਿਆਂ ਦਾ 2004 ਤੋਂ ਬਾਅਦ ਜਿਹੜੀ ਪੈਨਸ਼ਨ ਬੰਦ, ਇਹ ਪੈਨਸ਼ਨ ਜਿਹੜਾ ਇੱਕ ਸਹਾਰਾ ਸੀ ਕਿਸੇ ਵੀ ਫੋਰਸ ਕਰਨ ਨਾਲ ਫੋਰਸ ਵਾਲੇ ਜਵਾਨ ਦਾ, ਕਿ ਪੈਨਸ਼ਨ ਦੇ ਉੱਤੇ ਹੀ ਉਹਨਾਂ ਦਾ ਬਹੁਤ ਚੀਜ਼ਾਂ ਟਿੱਕੀਆਂ ਹੁੰਦੀਆਂ, ਕਿ ਉਹ ਜਦੋਂ ਬੰਦਾ ਘਰ ਚੱਲ ਜਾਂਦਾ ਜਿਹੜੇ ਥੋੜ੍ਹੇ ਬਹੁਤੇ ਉਹਨੂੰ ਕੋਈ ਫੰਡ ਵੀ ਮਿਲਦੇ ਹੈ ਉਹ ਤਾਂ ਕੋਈ ਮਕਾਨ ਬਣਾ ਲੈਂਦਾ, ਕੋਈ ਨਿਆਣੇ ਵਿਆਹ ਲੈਂਦਾ, ਅਤੇ ਜਿਹੜੀ ਉਹਦੀ ਬੁਢਾਪੇ ਦੀ ਜਿਹੜੀ ਉਮਰ ਹੈ, ਜੇ ਉਹਦੇ ਕੋਲ ਪੈਨਸ਼ਨ ਨਹੀਂ ਹੈ ਅਤੇ ਜਿਹੜੇ ਬੱਚੇ ਵੀ ਉਹਨਾਂ ਨੂੰ ਪਾਲਣ ਵਾਲੇ ਆ ਨਾ, ਜਿਹੜੇ ਮਾਂ ਪਿਓ ਦੇ ਬੱਚੇ ਆ, ਉਹ ਵੀ ਨਹੀਂ ਉਹਨਾਂ ਨੂੰ ਐਡਾ ਜ਼ਿਆਦਾ ਫਿਰ ਪਿਆਰ ਰੱਖਦੇ ਵੀ ਪੈਨਸ਼ਨ ਤਾਂ ਇਹਨਾਂ ਦੀ ਹੈ ਨਹੀਂ ਆ, ਹੁਣ ਇਹ ਸਾਡੇ 'ਤੇ ਬੋਝ ਬਣ ਜਾਣੇ ਆ। ਕਈ ਲੋਕ ਤਾਂ ਉਹਨਾਂ ਨੂੰ ਬਿਰਧ ਆਸ਼ਰਮਾਂ 'ਚ ਛੱਡ ਦਿੰਦੇ ਆ, ਅਤੇ ਕਈ ਵਿਚਾਰੇ ਇੱਦਾਂ ਹੀ ਕਦੀ ਕਿਸੇ ਤੋਂ ਰਿਸ਼ਤੇਦਾਰ ਤੋਂ, ਕਦੀ ਕਿਸੇ ਰਿਸ਼ਤੇਦਾਰ ਤੋਂ, ਕਿਉਂ ਜਿਹੜਾ ਗੋਲਡ ਟਾਈਮ ਹੈ ਉਹਨਾਂ ਦਾ ਤਾਂ ਸਾਰਾ ਫੋਰਸਾਂ ਵਿੱਚ ਲੰਘ ਜਾਂਦਾ ਜੀ, ਅਤੇ ਲਾਸਟ ਉਹਨਾਂ ਨੂੰ ਬੜਾ ਔਖਾ ਹੈ। ਅਤੇ ਸਰਕਾਰਾਂ ਨੂੰ ਚਾਹੀਦਾ ਵੀ ਜਿਹੜੀ ਇਹ ਪੈਨਸ਼ਨ ਸਕੀਮ ਹੈ ਵੀ ਇਹ ਜਿਹੜੀ ਬਹਾਲ ਕੀਤੀ ਜਾਵੇ, ਤਾਂ ਜੋ ਇਹਨਾਂ ਜਿਹੜਿਆਂ ਜਵਾਨਾਂ ਨੂੰ, ਸਾਨੂੰ ਗਾਹ ਨੂੰ ਵੀ, ਜਿਹੜੇ ਸਾਨੂੰ ਅਗਨੀਵੀਰ ਹੋਵੇ ਭਾਵਾਂ ਪੈਰਾਮਿਲਟਰੀ ਫੋਰਸ ਦਾ ਜਵਾਨ ਹੋਵੇ, ਵੀ ਜਿਹੜੇ ਅੱਗੇ ਭਰਤੀ ਹੋਣੀ ਹੈ ਉਹਦੇ ਵਿੱਚ ਵੀ ਜਵਾਨਾਂ ਵਿੱਚ ਇੱਕ ਉਤਸ਼ਾਹ ਹੋਵੇ ਵੀ ਜੇ ਮੈਂ ਫੋਰਸ ਵਿੱਚ ਜਾਣਾ ਤਾਂ ਮੈਨੂੰ ਉੱਥੇ ਕੀ ਬੈਨੀਫਿਟ ਮਿਲਣੇ। ਜਿਵੇਂ ਅੱਜ ਸੀਐਮ ਪੰਜਾਬ ਅਜੇ ਸਿੰਘ ਅਗਨੀਵੀਰ ਦੇ ਘਰ ਚੈੱਕ ਦੇਣ ਵਾਸਤੇ ਜਾ ਰਹੇ, ਜਿਹੜੇ 6 ਭੈਣਾਂ ਦਾ ਇੱਕ ਭਰਾ ਹੈ ਅਤੇ ਉਹ ਸਾਰਾ ਸਿਸਟਮ ਹੀ 6 ਭੈਣਾਂ ਦਾ ਅਤੇ ਮਾਂ ਬਾਪ ਦਾ ਉਸ ਜਵਾਨ ਦੇ ਉੱਤੇ ਸੀ। ਉਹ ਬਹੁਤ ਸਾਰੀ ਗਰੀਬੀ ਦੀ ਰੇਖਾ ਤੋਂ ਥੱਲੇ ਉਹ ਪਰਿਵਾਰ ਦਾ ਹਾਲ ਸੀ, ਜਿਹੜੀ ਮਦਰ ਘਰਾਂ ਵਿੱਚ ਕੰਮ ਕਰਦੀ ਹੈ, ਫਾਦਰ ਵੀ ਕਿਤੇ ਥੋੜ੍ਹਾ ਬਹੁਤਾ ਦਿਹਾੜੀ ਟੱਪਾ ਕਰਦਾ ਹੈ। ਪਰ ਜੇ ਹੁਣ ਉਹ ਜਵਾਨ ਦੀ ਪੈਨਸ਼ਨ ਜਾਂ ਉਹਦੇ ਮਾਂ ਬਾਪ ਨੂੰ ਕੋਈ ਸਹਾਰਾ ਹੋ ਜਾਏਗਾ ਤਾਂ ਉਹਨਾਂ ਦੇ ਦਿਨ ਸੌਖੇ ਲੰਘ ਜਾਣਗੇ, ਨਹੀਂ ਤਾਂ ਜਿਹੜਾ ਚੈੱਕ ਦਿੱਤੇ ਜਾਂਦੇ ਆ ਇਹ ਤਾਂ ਹੁਣ ਦੀ ਮਹਿੰਗਾਈ ਵਿੱਚ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਇਹ ਬਹੁਤ ਜਲਦੀ ਇਹ ਜਿਹੜੇ ਖਤਮ ਹੋ ਜਾਂਦੇ ਆ। ਪੈਨਸ਼ਨ ਦਾ ਸਹਾਰਾ ਜਿਹੜਾ ਬਹੁਤ ਜ਼ਰੂਰੀ ਹੈ,
ਉਹਦੇ ਨਾਲ ਨਾਲ ਜਿਹੜਾ ਇੱਕ ਫੌਜੀ ਜਵਾਨ ਹੈ ਜਾਂ ਕਿਸੇ ਵੀ ਫੋਰਸ ਦਾ ਜਵਾਨ ਹੈ ਉਹਦਾ ਇੱਕ ਕੰਟੀਨਾਂ ਨਾਲ ਸੰਬੰਧ ਬਹੁਤ ਸਾਂਝਾ ਹੈ। ਜਿਹੜਾ ਕੰਟੀਨਾਂ ਦੇ ਵਿੱਚ ਸਾਡੀ GST ਵਗੈਰਾ ਹੈ ਇਹਨੂੰ ਵੀ ਮਾਫ਼ ਕਰ ਦੇਣਾ ਚਾਹੀਦਾ ਜੀ। ਜਿਵੇਂ ਐਕਸਾਈਜ਼ ਡਿਊਟੀ ਹੈ ਇਹਨੂੰ ਮਾਫ਼ ਕਰ ਦੇਣਾ ਚਾਹੀਦਾ। ਅਸੀਂ ਤਾਂ ਗਰੀਬੀ ਜਿਹੜੀ ਰੇਖਾ ਵਾਲੇ ਹੈ ਉਹਨਾਂ ਨੂੰ ਅਸੀਂ ਤਾਂ ਫ੍ਰੀ ਦੇ ਰਹੇ ਹਾਂ ਸਾਰਾ ਕੁਝ, ਅਤੇ ਪਰ ਇਹ ਜਿਹੜੇ ਜਵਾਨ ਹੈ ਇਹ ਆਪਣਾ ਸਾਰਾ ਟਾਈਮ ਫੋਰਸਾਂ 'ਚ ਕੱਢ ਆਉਂਦੇ ਹੈ ਅਤੇ ਉਹਨਾਂ ਨੂੰ ਇੰਨੀ ਕੁ ਸਹੂਲਤਾਂ ਦੇ ਦੇਣੀਆਂ ਚਾਹੀਦੀਆਂ ਕਿ ਜਿੱਦਾਂ ਪਹਿਲਾਂ ਵੀ ਕਹਿੰਦੇ ਹੁੰਦੇ ਸੀ ਵੀ ਅਸੀਂ ਆਰਮੀ 'ਚ ਜਾਣਾ ਕਿ ਉੱਥੇ ਸਹੂਲਤਾਂ ਬਹੁਤ ਹੈ, ਤਾਂ ਜਿਹੜਾ ਇਹ ਪਰਦਾ ਜਿਹਾ ਇੱਕ ਬਣਿਆ ਰਹੇ। ਅਤੇ ਇਸ ਕਰਕੇ ਇਹਨਾਂ ਜਵਾਨਾਂ ਦੀ ਜਿਹੜੀ ਪੈਨਸ਼ਨ ਹੈ ਬਹਾਲ ਕਰਨੀ ਚਾਹੀਦੀ ਹੈ। ਜਿੱਦਾਂ ਹੁਣ ਅਗਨੀਵੀਰ ਵੀ ਹੈ, ਜੇ ਉਹ ਕੋਈ ਇੱਦਾਂ ਚੱਲ ਜਾਂਦਾ ਜੀ ਅਤੇ ਉਹਦੇ ਪਰਿਵਾਰ ਦਾ ਕੁਛ ਨਾ ਕੁਛ ਜਿਹੜਾ ਗੁਜ਼ਾਰਾ ਹੋ ਜਾਂਦਾ ਜੀ। ਜਿਹੜੀਆਂ ਵਿਡੋ ਹੈ, ਵਿਡੋ 'ਤੇ ਬੜੀ ਵੱਡੀ ਮੁਸ਼ਕਲ ਆਉਂਦੀ ਹੈ ਕਿ ਜਦੋਂ ਕੋਈ ਵੀ ਜਵਾਨ ਸ਼ਹੀਦ ਹੋ ਜਾਂਦਾ ਜੀ ਉਹਨਾਂ ਨੇ ਜਦੋਂ ਭਰਤੀ ਹੋਣਾ ਜੀ, ਮੁੜ ਕੇ ਫਿਰ ਜਦੋਂ ਵਿਡੋ ਨੂੰ ਭਰਤੀ ਕਰਦੇ ਆ ਉਹਦੇ ਕੋਲੋਂ ਫਿਰ ਜਿਹੜੇ ਉਹ ਟੈਸਟ ਸਾਰੇ ਕਲੀਅਰ ਨਹੀਂ ਹੁੰਦੇ। ਉਹ ਵੀ ਇਹਨਾਂ ਨੂੰ ਮਾਫ਼ ਕਰ ਦੇਣੇ ਚਾਹੀਦੇ ਆ ਕਿ ਉਹ ਕੋਈ ਭਰਤੀ ਹੋਣ ਵਾਸਤੇ ਵਿਆਹ ਨਹੀਂ ਕਰਾਉਂਦੀਆਂ, ਉਹ ਤਾਂ ਇੱਕ ਨੋਰਮਲ ਲੇਡੀਜ਼ ਘਰ 'ਚ ਕੰਮ ਕਰਨ ਵਾਲੀਆਂ ਹੁੰਦੀਆਂ ਅਤੇ ਉਹਨਾਂ ਦੇ ਫਿਰ ਜਿਹੜੇ ਟੈਸਟ ਵਗੈਰਾ ਜੀ ਉਹਦਾ ਮੈਡੀਕਲ ਦੇਖਣ, ਮੈਡੀਕਲ ਫਿੱਟ ਹੈ ਅਤੇ ਉਹਨੂੰ ਜੋਬ ਦੇ ਦੇਣੀ ਚਾਹੀਦੀ ਹੈ ਤਾਂ ਜਿਹੜਾ ਆਪਣਾ ਉਹ ਬੱਚਿਆਂ ਨੂੰ ਸਾਂਭ ਸਕੇ। ਉਹਨਾਂ ਦੀ ਜਿਹੜੀ ਭਰਤੀ ਦਾ ਸਿਸਟਮ ਹੈ ਉਹ ਨਰਮ ਕਰਨਾ ਚਾਹੀਦਾ, ਕੰਟੀਨਾਂ ਵਿੱਚ GST ਘਟਾ ਦੇਣੀ ਚਾਹੀਦੀ ਹੈ ਤਾਂ ਜੋ ਜਿਹੜੇ ਆਪਣੇ ਪਰਿਵਾਰਾਂ ਦੇ ਗੁਜ਼ਾਰੇ ਕਰ ਸਕਣ। ਕਿਉਂ ਮੰਗਿਆਈ ਨੂੰ ਦੇਖਦੇ ਹੋਏ ਸਰਕਾਰਾਂ ਧਿਆਨ ਤਾਂ ਰੱਖ ਰਹੀਆਂ ਹੈ ਪਰ ਜਿੱਦਾਂ ਹੁਣ ਇਹ ਨਵੀਆਂ ਪੋਲਸੀਆਂ ਹਜੇ ਕਿਸੇ ਨੂੰ ਕੁਝ ਸਮਝ ਨਹੀਂ ਆ ਰਹੀਆਂ ਕਿ ਇਹਦਾ ਕੀ ਬੈਨੀਫਿਟ ਹੈ ਅਤੇ ਕੀ ਇਹਦਾ ਨੁਕਸਾਨ ਹੈ। ਇਸ ਕਰਕੇ ਜਿਹੜਾ 26 ਜਨਵਰੀ 15 ਅਗਸਤ ਹੈ ਇਹੋ ਜਿਹੀਆਂ ਤਿਉਹਾਰਾਂ ਉੱਤੇ ਜਿਹੜੇ ਸਟੇਟ ਗੌਰਮੈਂਟਾਂ ਦੇ ਮੁਲਾਜ਼ਮਾਂ ਦੇ ਵੀ ਰੁਕੇ ਹੋਏ ਫੰਡ ਹੈ ਉਹ ਵੀ ਉਹਨਾਂ ਨੂੰ ਇਸ਼ੂ ਕਰ ਦੇਣੇ ਚਾਹੀਦੇ ਹੈ ਕਿ ਉਹ ਪਿਛਲੀਆਂ ਸਰਕਾਰਾਂ ਐਲਾਨ ਤਾਂ ਕਰ ਦਿੰਦੀਆਂ ਸੀ ਅਤੇ ਭਾਰ ਉਹ ਕਿਤੇ ਨਾ ਕਿਤੇ ਜਾ ਕੇ ਉਹ ਫਿਰ ਉਹਨਾਂ ਦੇ ਫੰਡਾਂ ਜਾਂ GPF ਵਿੱਚ ਪਾ ਦਿੰਦੇ ਸੀ ਜਾਂ ਹੋਰ ਕਿਤੇ ਪਾ ਦਿੰਦੇ ਸੀ, ਉਹਨਾਂ ਨੂੰ ਨਗਦ ਰਾਸ਼ੀ ਨਹੀਂ ਮਿਲਦੀ ਸੀ। ਜਿਹੜਾ ਜਵਾਨ ਹੈ ਕਿਸੇ ਫੋਰਸ ਦਾ ਵੀ ਉਹਦਾ ਇੱਕ ਧਿਆਨ ਰਹਿੰਦਾ ਸੀ ਸਰਕਾਰਾਂ ਵੱਲ ਵੀ ਸਰਕਾਰ ਸਾਨੂੰ ਇਸ ਇਤਿਹਾਸ 'ਤੇ ਕੀ ਦੇ ਰਹੀ ਆ, ਭਾਵੇਂ ਆਪਾਂ ਥੋੜ੍ਹਾ ਬਹੁਤਾ ਹੀ ਕੁਝ ਦਈਏ ਪਰ ਕੁਝ ਨਾ ਕੁਝ ਦੇਣਾ ਚਾਹੀਦਾ। ਕਿਉਂ ਇੱਕ ਜਿਹੜੇ ਇਹ ਸਰਕਾਰ ਦੇ ਕਿਸਮ ਦੇ ਨੌਕਰ ਹੁੰਦੇ ਆ 24 ਘੰਟਿਆਂ ਦੇ, 24 ਘੰਟੇ ਕਦੇ ਵੀ ਦਫ਼ਤਰ 'ਚੋਂ ਕਾਲ ਆ ਜਾਂਦੀ ਆ ਅਤੇ ਇਹਨਾਂ ਨੂੰ ਭੱਜਣਾ ਪੈਂਦਾ ਹੈ ਅਤੇ ਇਹਨਾਂ ਇਸ ਕਰਕੇ ਇਹਨਾਂ ਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜੀ। CM ਪੰਜਾਬ ਬਹੁਤ ਸਾਰੇ ਐਲਾਨ ਕਰ ਰਹੇ ਆ, ਜਿੱਦਾਂ ਸ਼ਹੀਦ ਪਰਿਵਾਰਾਂ ਦਾ ਵੀ 1 ਕਰੋੜ ਦੀ ਰਾਸ਼ੀ ਦਾ ਕੀਤਾ ਹੈ, ਉਹਦੇ ਨਾਲ ਇੱਕ ਪੈਰਾਮਿਲਟਰੀ ਫੋਰਸ ਦਾ ਵੀ ਐਲਾਨ ਕੀਤਾ ਜੀ ਵੀ ਜਿਹੜਾ ਵੀ ਜਵਾਨ ਸ਼ਹੀਦ ਹੋਏਗਾ ਉਹਨੂੰ ਅਸੀਂ 1 ਕਰੋੜ ਰੁਪਈਆ ਦੇਵਾਂਗੇ। ਉਹ ਅਸੀਂ ਸਰਕਾਰਾਂ ਨੂੰ ਇਸ ਇੱਕ ਮੈਸੇਜ ਵੀ ਲਾਉਣਾ ਚਾਹੁੰਦੇ ਹਾਂ ਵੀ ਉਹ ਜਿਹੜੇ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਤਾਂ ਜੋ ਜਿਹੜੇ ਹੈੱਡਕੁਆਰਟਰਾਂ ਵਿੱਚ ਪਹੁੰਚ ਜਾਣ ਅਤੇ ਜਿਹੜਾ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹ ਜਿਹੜੇ ਸਾਨੂੰ ਸਾਡੇ ਬੱਚੇ ਦੀ ਕੀ ਉੱਥੇ ਕੀ ਪਤਾ ਨੂੰ ਮਿਲਣਾ ਹੈ ਜਾਂ ਉਹਦੀ ਵਾਈਫ ਨੂੰ ਕੋਈ ਪਤਾ ਲੱਗ ਜਾਵੇ। ਜਿਹੜੀਆਂ ਨਵੀਆਂ ਪੋਲਸੀਆਂ ਆ ਰਹੀਆਂ ਹੈ ਉਹ ਹੁਣ ਸਰਕਾਰਾਂ ਨਾਲੋਂ ਨਾਲ ਦੱਸ ਰਹੀਆਂ ਹੈ, ਜਿੱਦਾਂ ਬਹੁਤ ਸਾਰੇ ਐਲਾਨ ਹੋ ਜਾਂਦੇ ਆ ਵੀ ਜਿੱਦਾਂ ਭਰਤੀ ਵੀ ਹੋ ਰਹੀ ਆ ਅਤੇ CM ਸਾਹਿਬ ਖੁਦ ਜਾਂਦੇ ਆ ਲੈਟਰ ਦੇਣ ਵਾਸਤੇ ਅਤੇ ਉਹ ਸਰਕਾਰ ਨੂੰ ਵੀ ਪਤਾ ਹੀ ਵੀ ਅਸੀਂ ਕਿੰਨਿਆਂ ਜਵਾਨਾਂ ਨੂੰ ਭਰਤੀ ਕਰ ਰਹੇ ਹਾਂ। ਇੱਦਾਂ ਹੀ ਜਿਹੜੀ ਸ਼ਹੀਦ ਦੀ ਵਾਈਫ ਹੈ ਜਾਂ ਜਿਹਦੀ ਨੋਰਮਲ ਡੈਥ ਕੇਸ ਹੈ ਉਹਨੂੰ ਹਰ ਚੀਜ਼ ਦਾ ਪਤਾ ਹੋਣਾ ਚਾਹੀਦਾ ਉਹਦੀ ਸ਼ਹੀਦੀ ਜਾਂ ਡੈਥ ਤੋਂ ਪਹਿਲਾਂ ਕਿ ਰੱਬ ਨਾ ਕਰੇ ਜੇ ਕੋਈ ਇੱਦਾਂ ਦਾ ਦਿਨ ਆ ਜਾਵੇ ਅਤੇ ਮੈਨੂੰ ਮੇਰਾ ਜਿਹੜਾ ਹੱਕ ਕੀ ਹੈ। ਅੱਜ ਅਸੀਂ CRPF ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦਾ ਮੈਂ ਪ੍ਰੈਜੀਡੈਂਟ ਹਾਂ, ਅਸੀਂ ਇਹੋ ਜਿਹੇ ਕੇਸ ਦੇਖੇ ਆ ਜਿਹੜੀਆਂ ਜਿਹੜੇ ਵਿਡੋ 25-25-30-30 ਸਾਲ ਹੋ ਗਏ ਆ ਉਹ ਅੱਜ ਸਾਨੂੰ ਪੁੱਛਣਗੀਆਂ ਵੀ ਸਾਨੂੰ ਮਿਲਦਾ ਕੀ ਆ, ਮੈਨੂੰ ਤਾਂ ਇਹ ਨਹੀਂ ਪਤਾ ਅੱਜ ਤੱਕ। ਅਤੇ ਪਰ ਸਾਡੇ ਮਹਿਕਮੇ ਦਾ ਸਿਸਟਮ ਬਹੁਤ ਵਧੀਆ ਜੀ ਵੀ ਤੁਸੀਂ ਅੱਜ ਐਪਲੀਕੇਸ਼ਨ ਦਿਓ ਅਤੇ ਤੁਹਾਨੂੰ ਸ਼ਾਮ ਤੱਕ ਉਹ ਸਾਰਾ ਦੱਸ ਦਿੰਦੇ ਆ ਵੀ ਤੁਹਾਨੂੰ ਆਹ ਕੁਝ ਚੀਜ਼ਾਂ ਮਿਲ ਰਹੀਆਂ ਜੀ, ਜਾਂ ਕੋਈ ਦੂਰ ਦੁਰੇਡੇ ਜਿਹੜੇ ਹੈੱਡ ਆਫਿਸ ਹੈ ਉੱਥੋਂ ਦੇਣ ਲੱਗ ਜਾਂਦੇ ਆ। ਪਰ ਜੇ ਇਹ ਚੀਜ਼ਾਂ ਐਡਵਾਂਸ ਹੀ ਪਤਾ ਹੋਵੇ ਤਾਂ ਉਹਦਾ ਵੀ ਬੜੇ ਚੰਗੇ ਰਿਜ਼ਲਟ ਆਉਂਦੇ ਆ ਕਿ ਉਹ ਜਿਹੜੇ ਨਵੇਂ ਜਵਾਨ ਭਰਤੀ ਹੋਣ ਵਾਲੇ ਆ ਉਹ ਫਿਰ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਆ ਵੀ ਯਾਰ ਜੇ ਕੋਈ ਸਾਡੇ 'ਚੋਂ ਸ਼ਹੀਦ ਵੀ ਹੋ ਜਾਂਦਾ ਜੀ ਤਾਂ ਸਾਡੇ ਪਰਿਵਾਰ ਨੂੰ ਮਗਰ ਕਿੰਨਾ ਬੈਨੀਫਿਟ ਹੈ, ਕਿ ਉਹ ਇੱਕ ਮੌਤ ਅਤੇ ਇੱਕ ਅਟਲ ਹੈ
ਭਾਵਾਂ ਉਹ ਐਕਸੀਡੈਂਟ ਹੋ ਜਾਂਦਾ ਹੈ ਅਤੇ ਜਾਂ ਉਹਨੂੰ ਸ਼ਹੀਦੀ ਹੋ ਜਾਂਦੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਇੱਕ ਉਮੀਦ ਨਾਲ ਜੁੜੇ ਹੁੰਦੇ ਹਾਂ ਕਿ ਸਾਨੂੰ ਕੀ ਬੈਨੀਫਿਟ ਮਿਲਦਾ ਹੈ। ਅਸੀਂ ਆਪਣੀ ਐਸੋਸੀਏਸ਼ਨ ਵੱਲੋਂ ਇਹੀ ਸਰਕਾਰਾਂ ਨੂੰ ਮੈਸੇਜ ਲਾਉਣਾ ਚਾਹੁੰਦੇ ਹਾਂ ਵੀ 26 ਜਨਵਰੀ ਅਤੇ 15 ਅਗਸਤ ਦੇ ਦਿਹਾੜਿਆਂ 'ਤੇ ਸਰਕਾਰਾਂ ਦਿੰਦੀਆਂ ਤਾਂ ਦੇਈ ਜਾਂਦੀਆਂ ਹੈ, ਕੋਈ ਐਡੀ ਗੱਲ ਨਹੀਂ ਗੀ, ਕੁਝ ਨਾ ਕੁਝ ਦਿੰਦੀਆਂ ਰਹਿੰਦੀਆਂ ਹੈ, ਪਰ 26 ਜਨਵਰੀ ਅਤੇ 15 ਅਗਸਤ ਵਾਲੇ ਦਿਹਾੜੇ ਇੱਕ ਇੱਦਾਂ ਦੇ ਚੁਣੇ ਜਾਣ ਜਿੱਥੇ ਸ਼ਹੀਦ ਪਰਿਵਾਰਾਂ ਦੀਆਂ ਜਿਹੜੀਆਂ ਵਿਡੋ ਹੈ ਉਹਨਾਂ ਨੂੰ ਬੁਲਾਇਆ ਜਾਵੇ, ਉਹਨਾਂ ਨੂੰ ਇਕੱਲਾ ਉੱਥੇ ਸਪੀਚ ਸੁਣ ਕੇ ਨਾ ਉਹ ਘਰ ਨੂੰ ਚੱਲ ਜਾਣ, ਉਹਨਾਂ ਦੀ ਕੋਈ ਹੈਲਪ ਕੀਤੀ ਜਾਵੇ, ਮਾਲੀ ਹੈਲਪ ਕੀਤੀ ਜਾਵੇ ਕਿ ਤੁਹਾਨੂੰ 26 ਜਨਵਰੀ 15 ਅਗਸਤ 'ਤੇ ਜੋ ਵੀ ਕੁਝ ਅਮਾਊਂਟ ਸਰਕਾਰ ਤੈਅ ਕਰਦੀ ਹੈ ਉਹਨਾਂ ਨੂੰ ਦਿੱਤਾ ਜਾਵੇ। ਜਿਹੜੇ ਪੁਰਾਣੇ ਸ਼ਹੀਦ ਹੋਏ ਹੈ ਉਹਨਾਂ ਨੂੰ ਉਸ ਟਾਈਮ ਦੇ ਹਿਸਾਬ ਨਾਲ ਬਹੁਤ ਘੱਟ ਫੰਡ ਮਿਲੇ, ਮਹਿੰਗਾਈ ਬਹੁਤ ਜ਼ਿਆਦਾ ਹੈ, ਕਈਆਂ ਲੋਕਾਂ ਦੇ ਤਾਂ ਘਰ ਹੀ ਹਾਨੀ ਕੇ ਰਹਿਣ ਵਾਸਤੇ, ਅਤੇ ਉਹਨਾਂ ਲੋਕਾਂ ਦੀ ਵੀ ਥੋੜ੍ਹੀ ਸਾਰ ਲੈਣੀ ਚਾਹੀਦੀ ਹੈ। ਜਿਹੜੇ ਨੋਰਮਲ ਡੈਥ ਕੇਸ ਵਾਲੇ ਹੈ, ਜਿਹੜੇ ਜਿਹਨਾਂ ਕੋਲ ਘਰ ਹੀ ਹੈ ਨਹੀਂ ਗੇ ਰਹਿਣ, ਔਨ ਡਿਊਟੀ 'ਤੇ ਉਹਨਾਂ ਦੀ ਡੈਥ ਹੋ ਗਈ ਹੈ, ਉਹ ਪਰਿਵਾਰਾਂ ਦਾ ਬਹੁਤ ਬੁਰਾ ਹਾਲ ਹੈ। ਉਹ ਅਸੀਂ ਇੱਦਾਂ ਦੀ ਇੱਕ ਸੰਸਥਾ ਸਾਡੇ ਪੰਜਾਬ ਵਿੱਚ ਪੰਜਾਬ ਕੇਸਰੀ ਗਰੁੱਪ ਹੈ ਜਿਹੜਾ ਕਿ ਸ਼ਹੀਦ ਪਰਿਵਾਰਾਂ ਨੂੰ 1,00,000 ਰੁਪਈਆ ਉਹਨਾਂ ਦੀ ਸ਼ਹੀਦੀ 'ਤੇ ਇੱਕ ਉਹਨਾਂ ਦਾ ਮਾਣ ਤਾਣ ਕਰਦਾ ਹੈ। ਅਸੀਂ ਵੀ ਉਹਨਾਂ ਨੂੰ ਬੇਨਤੀ ਕੀਤੀ ਆ, ਸਾਡੀਆਂ ਫੋਰਸਾਂ ਨੂੰ ਵੀ ਉਹਨਾਂ ਨੇ ਦਿੱਤੇ ਆ, ਅਸੀਂ ਹੁਣ ਉਹਨਾਂ ਨੂੰ ਨਵੀਂ ਰਿਕੁਐਸਟ ਕਰ ਰਹੇ ਹਾਂ ਕਿ ਜਿਹੜੀ ਨੋਰਮਲ ਡੈਥ ਕੇਸ ਵਾਲੇ ਆ ਇਹਨਾਂ ਪਰਿਵਾਰਾਂ ਦੀ ਵੀ ਕੁਝ ਸਾਥ ਲਈ ਜਾਵੇ, ਅਤੇ ਉਹਨਾਂ ਲਈ ਸਾਨੂੰ ਹੌਸਲਾ ਦਿੱਤਾ ਕਿ ਤੁਹਾਨੂੰ ਅਸੀਂ ਤੁਹਾਡੀ ਹੈਲਪ ਕਰਾਂਗੇ। ਅਸੀਂ ਪਰ ਸਰਕਾਰ ਦਾ ਵੀ ਇਸ ਵੱਲ ਅਸੀਂ ਧਿਆਨ ਦਿਵਾਉਣਾ ਚਾਹੁੰਦੇ ਵੀ ਜਿਹੜੇ ਨੋਰਮਲ ਡੈਥ ਕੇਸ ਵਾਲੇ ਆ ਉਹ ਕਿਸੇ ਵੀ ਫੋਰਸ ਦੇ ਆ, ਭਾਵੇਂ ਉਹ ਸਟੇਟ ਕੋਈ ਵੀ ਹੋਵੇ, ਕੋਈ ਵੀ ਸੈਂਟਰ ਫੋਰਸ ਹੋਵੇ, ਅਤੇ ਉਹਨਾਂ ਦਾ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਉਹ ਪਰਿਵਾਰਾਂ ਦਾ ਗੁਜ਼ਾਰਾ ਚੰਗਾ ਹੋਵੇ, ਉਹ ਦੇਸ਼ ਦੀ ਰਾਖੀ ਚੰਗੀ ਕਰ ਸਕਣ, ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨਾਂ ਵਿੱਚ ਚੰਗਾ ਮੈਸੇਜ ਜਾਵੇ। ਜਿਹੜਾ ਬਾਰਡਰ 'ਤੇ ਜਵਾਨ ਅੱਜ ਬੈਠਾ ਹੈ ਉਹਦੇ ਦਿਲ ਵਿੱਚ ਇੱਕ ਤਸੱਲੀ ਹੋਵੇ ਕਿ ਮੈਨੂੰ ਮਗਰ ਸਰਕਾਰਾਂ ਨੇ ਬੜਾ ਕੁਝ ਦੇਣਾ ਹੈ ਜੇ ਕੋਈ ਇੱਦਾਂ ਦੀ ਘਟਨਾ ਵੀ ਹੋ ਜਾਵੇ, ਉਹਨੂੰ ਘਰੋਂ ਠੰਡੀ ਹਵਾ ਜਾਵੇ ਅਤੇ ਉਹ ਦੇਸ਼ ਦੀ ਵਧੀਆ ਰਾਖੀ ਕਰੇਗੀ। ਕਿਸੇ ਵੀ ਟੈਰੋਰਿਸਟ ਦੀ ਹਿੰਮਤ ਨਹੀਂ ਹੈ ਕਿ ਉਹ ਬਾਰਡਰ ਪਾਰ ਕਰ ਜਾਊਗਾ। ਜਦੋਂ ਅਸੀਂ ਫੈਸਿਲਿਟੀਆਂ ਨਹੀਂ ਦਿੰਦੇ, ਇੱਕ ਸਿਲਾਈ ਮਸ਼ੀਨ ਤੱਕ ਹੀ ਰੱਖਦੇ ਹੈ, ਅਤੇ ਫਿਰ ਜਿਹੜਾ ਉੱਥੇ ਕਿਤੇ ਨਾ ਕਿਤੇ ਜਵਾਨ ਜਿਹੜਾ ਉਹ ਵੀ ਢਿੱਲਾ ਪੈ ਜਾਂਦਾ ਜੀ ਵੀ ਯਾਰ ਆਪਣਾ ਟਾਈਮ ਪਾਸ ਕਰੀਏ। ਪਰ ਅਸੀਂ ਇੱਕ ਰਿਕੁਐਸਟ ਹੀ ਹੈ ਕਿ ਸਰਕਾਰਾਂ ਨੂੰ ਵੀ ਇਹ 15 ਅਗਸਤ 26 ਜਨਵਰੀ 'ਤੇ ਕੋਈ ਖਾਸ ਚੀਜ਼ਾਂ ਜਵਾਨਾਂ ਨੂੰ ਦਿੱਤੀਆਂ ਜਾਣ, ਸ਼ਹੀਦ ਪਰਿਵਾਰਾਂ ਨੂੰ, ਨੋਰਮਲ ਡੈਥ ਕੇਸ ਵਾਲਿਆਂ ਨੂੰ, ਅਤੇ ਪੈਨਸ਼ਨਾਂ ਵੀ ਬਹਾਲ ਕੀਤੀਆਂ ਜਾਣ ਤਾਂ ਜੋ ਜਿਹੜਾ ਆਪਣਾ ਦੇਸ਼ ਉਹਦੇ ਨਾਲ ਹੋਰ ਖੁਸ਼ਹਾਲ ਹੋਏਗਾ। ਇਹ ਮੈਂ ਤੁਹਾਨੂੰ ਇੱਕ ਵਾਅਦਾ ਕਰਕੇ ਦੱਸਦਾ ਕਿ ਜੇ ਅਸੀਂ ਇਹਨਾਂ ਜਵਾਨਾਂ ਨੂੰ ਖੁਸ਼ ਰੱਖਾਂਗੇ ਤਾਂ ਬੜਾ ਕੁਝ ਸਾਨੂੰ ਚੰਗੇ ਰਿਜ਼ਲਟ ਹਾਸਲ ਹੋਣਗੇ। ਜਿਹੜੇ ਉੱਥੇ ਲੋਕ ਸੂਸਾਈਡ ਕਰਦੇ ਆ, ਆਪਾਂ ਫਿਰ ਬਾਅਦ 'ਚ ਬਣਾ ਦਿੰਦੇ ਹਾਂ ਜੀ ਉਹ ਅਚਾਨਕ ਗੋਲੀ ਚੱਲਣ ਨਾਲ ਉਹਦੀ ਡੈਥ ਹੋ ਗਈ, ਇੱਦਾਂ ਦੇ ਜਿਹੜੇ ਕੇਸ ਆ ਉਹ ਸਾਰੇ ਬੰਦ ਹੋ ਜਾਣ। ਸਰਕਾਰਾਂ ਦਾ ਆਪਾਂ ਇਸ ਵੱਲ ਧਿਆਨ ਵੀ ਦੇਣਾ ਚਾਹੁੰਦੇ ਹਾਂ ਕਿ ਜਿਹੜਾ 26 ਜਨਵਰੀ ਅਤੇ 15 ਅਗਸਤ ਦਾ ਦਿਹਾੜਾ ਹੈ ਇਹਨਾਂ ਦੇ ਉੱਤੇ ਸ਼ਹੀਦ ਪਰਿਵਾਰਾਂ ਨੂੰ ਸੱਦ ਕੇ ਉਹਨਾਂ ਦਾ ਮਾਣ ਤਾਣ ਕਰਨਾ ਚਾਹੀਦਾ, ਉਹਨਾਂ ਨੂੰ ਕੁਝ ਨਾ ਕੁਝ ਮਾਲੀ ਹੈਲਪ ਜਿਹੜੀ ਕਰਨੀ ਚਾਹੀਦੀ ਹੈ ਤਾਂ ਜੋ ਇਕੱਲੀ ਸਪੀਚ ਸੁਣ ਕੇ ਨਾ ਘਰਾਂ ਨੂੰ ਜਾਣ, ਕਿ ਉਹਨਾਂ ਦੀ ਦਿਹਾੜੀ ਵੀ ਨਾ ਭੱਜੇ। ਉਹਨਾਂ ਪਰਿਵਾਰਾਂ ਉਹ ਵਿਡੋ ਜਿਹੜੀਆਂ ਹੈ ਉਹ ਆਪਣੇ ਤਾਂ ਬੱਚਿਆਂ ਨੂੰ ਬੜੇ ਔਖੇ ਹੋ ਕੇ ਪਾਲਦੀਆਂ ਹੈ, ਇਸ ਕਰਕੇ ਜਿਹੜੇ ਔਨ ਡਿਊਟੀ 'ਤੇ ਜਿਹੜੇ ਡੈਥ ਹੋ ਜਾਂਦੀ ਜਿਨ੍ਹਾਂ ਦੀ ਉਹਨਾਂ ਦੇ ਪਰਿਵਾਰਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਕਿ ਉਹ ਪਰਿਵਾਰਾਂ ਦਾ ਹਾਲ ਕਿੱਦਾਂ ਹੈ। 15 ਅਗਸਤ 26 ਜਨਵਰੀ ਦੇ ਉੱਤੇ ਜਿਹੜੀ ਵੀ ਫੋਰਸ ਦਾ ਜਵਾਨ ਹੈ, ਭਾਵੇਂ ਪੰਜਾਬ ਪੁਲਿਸ, CRP, BSF, ITBP, ਆਰਮੀ, ਇਹ ਜਿੰਨੇ ਜਵਾਨ ਹੈ ਔਨ ਡਿਊਟੀ ਵਾਲਿਆਂ ਨੂੰ ਇਹ ਸਰਕਾਰਾਂ ਨੂੰ ਧਿਆਨ ਰੱਖਣਾ ਚਾਹੀਦਾ ਤਾਂ ਜੋ ਜਿਹੜਾ ਆਉਣ ਵਾਲਾ ਟਾਈਮ ਹੈ ਉੱਥੇ ਸਾਡੀ ਨਵੀਂ ਜਨਰੇਸ਼ਨ ਨੂੰ ਵੀ ਪਤਾ ਰਹੇ ਕਿ ਸ਼ਹੀਦੀ ਤੋਂ ਬਾਅਦ ਸਾਡਾ ਕੀ ਮੁੱਲ ਪੈਂਦਾ ਹੈ, ਸਾਡੀ ਡਿਊਟੀ 'ਤੇ ਡੈਥ ਹੋ ਜਾਂਦੀ ਸਾਡਾ ਕੀ ਮੁੱਲ ਪੈਂਦਾ ਹੈ, ਜੇ ਨੋਰਮਲ ਐਕਸੀਡੈਂਟ ਹੋ ਜਾਂਦਾ ਤਾਂ ਸਾਡਾ ਕੀ ਮੁੱਲ ਪੈਂਦਾ। ਇਹਦੇ ਨਾਲ ਜਿਹੜਾ ਸਾਡੇ ਦੇਸ਼ ਦੇ ਜਵਾਨ ਹੈ, ਫੌਜੀ ਹੈ, ਉਹ ਹੋਰ ਵਧੀਆ ਕੰਮ ਕਰਨਗੇ। ਇਹ ਚੀਜ਼ ਦੀ ਮੈਨੂੰ ਪੂਰੀ ਗਰੰਟੀ ਲੱਗਦੀ ਹੈ ਕਿ ਜੇ ਸਾਡੇ ਭਾਵਾਂ ਟੀਚਰ ਆ, ਭਾਵਾਂ ਸਾਡੀ ਫੋਰਸ ਦੇ ਜਵਾਨ, ਜੇ ਉਹਨਾਂ ਨੂੰ ਸਰਕਾਰਾਂ ਖੁਸ਼ ਰੱਖਣਗੀਆਂ ਤਾਂ ਸਾਡੇ ਦੇਸ਼ ਦਾ ਭਵਿੱਖ ਬਹੁਤ ਚੰਗਾ ਜਾਊਗਾ।
ਇਸ ਕਰਕੇ 15 ਅਗਸਤ ਅਤੇ 26 ਜਨਵਰੀ ਦੇ ਦਿਹਾੜਿਆਂ 'ਤੇ ਜਿਹੜੇ ਸਰਕਾਰਾਂ ਦੇ ਮੁਲਾਜ਼ਮ ਹੈ ਇਹਨਾਂ ਨੂੰ ਕੁਝ ਨਾ ਕੁਝ ਹੌਸਲਾ ਵਧਾਈ ਦੇਣੀ ਚਾਹੀਦੀ ਹੈ। ਇਹੀ ਸਾਡੀ ਸਰਕਾਰਾਂ ਅੱਗੇ ਗੁਜ਼ਾਰਤ ਹੈ। ਜੈ ਹਿੰਦ, ਸਤਿ ਸ੍ਰੀ ਅਕਾਲ।